ਅੱਗੋਂ ਫਿਰ ਗੁਲਸ਼ਨਾ ਧੀਰ ਤੋਂ ਫਿਰ ਅੱਗੇ ਠੱਠੇ ਦਾ ਇਲਾਕਾ ਸ਼ੁਰੂ ਹੋ ਜਾਂਦਾ ਸੀ। ਕਰਾਚੀ ਫਿਰ ਉੱਥੇ ਐਂਡ ਖੜਾ ਹੋ ਜਾਂਦਾ, ਮਤਲਬ ਕਹਿੰਦੇ ਅੱਗੇ ਨਹੀਂ ਕਰਾਚੀ। ਇਹ ਸਮਝ ਲਓ ਹੁਣ ਤੁਸੀਂ ਦੱਸਣਾ ਪੁੱਛਣਾ ਹੋਗਾ ਕਿ ਕਿੰਨੇ ਕਿਲੋਮੀਟਰ ਬਣਦਾ। ਇਹ ਕਿਲੋਮੀਟਰ ਮੈਂ ਤੁਹਾਨੂੰ ਦੱਸਣਾ, ਕਿਲੋਮੀਟਰ ਬਣਦਾ ਜੇ ਤਕਰੀਬਨ ਮੇਰੀ ਸਿਰਫ ਇੱਕ ਸਾਈਡ ਦਾ ਜਿਹੜਾ ਨਾ ਉਹ ਮਤਲਬ ਕਹਿੰਦਾ ਵੇ ਕਿ ਤਕਰੀਬਨ ਹੀ 35-40 ਕਿਲੋਮੀਟਰ। ਅੱਛਾ, ਮਤਲਬ 100 ਕਿਲੋਮੀਟਰ ਟੁਰ ਫਿਰ ਲਈਏ ਤਾਂ ਕਰਾਚੀ ਖਤਮ। ਹਾਂ ਜੀ, ਮਤਲਬ ਕਹਿੰਦੇ ਕਿ ਕਰਾਚੀ ਦਾ ਹਿਸਾਬ ਕਿਤਾਬ ਇੰਨਾ ਹੀ ਹੈ ਨਾ। ਹਾਂ ਜੀ, ਉਹ ਮਤਲਬ ਕਹਿੰਦੇ ਕਿ ਤੁਸੀਂ ਫਿਰ ਹੋਰ ਪਾਸੇ ਵੱਲ ਨਿਕਲ ਜਾਂਦੇ ਹੋ ਤਾਂ ਉਹ ਵੀ ਫਿਰ ਉਹ ਲੰਬਾ ਹੀ ਹੁੰਦਾ ਜਾਏਗਾ। ਨਹੀਂ, ਉਹ ਤਾਂ ਹੁਣ ਤੁਸੀਂ ਹਾਈਵੇ ਤੇ ਪੈ ਜਾਓ ਤੇ ਹੈਦਰਾਬਾਦ ਪਹੁੰਚ ਜਾਓਗੇ। ਹਾਂ ਜੀ, ਬਿਲਕੁਲ। ਲੇਕਿਨ ਮੈਂ ਤਾਂ ਉਹੀ ਕਹਿੰਦਾ ਕਰਾਚੀ ਜੀ ਸ਼ਾਮਲ ਨਹੀਂ ਨਾ। ਹਾਂ ਜੀ ਜੀ, ਹਾਂ ਜੀ ਜੀ। ਜੰਪਲ ਤੁਹਾਡੀ ਗੁਜਰਾਂਵਾਲਾ ਦੀ ਤੇ ਆ ਗਏ ਤੁਸੀਂ ਕਰਾਚੀ। ਜੀ ਬਿਲਕੁਲ, ਕਰਾਚੀ ਫਿਰ ਹੁਣ ਇੱਥੇ ਕਰਾਚੀ ਦੇ ਹੋ ਕੇ ਰਹਿ ਗਏ। ਤੇ ਕਰਾਚੀ 'ਚ ਕਿਹੜੀ ਚੀਜ਼ ਤੁਹਾਨੂੰ ਜ਼ਿਆਦਾ ਪਸੰਦ ਹੈ ਇੱਥੇ? ਹਾਂ, ਮੈਂ ਕਹਿੰਦਾ ਵਾ ਕਿ ਆਪਣਾ ਇਹ ਖਾਣ ਪੀਣ ਦੇ ਸਿਰ ਤੇ ਗੱਲ ਕਰ ਰਹੇ ਹੋ ਜੀ? ਨਹੀਂ 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 ਨਹੀਂ, ਵੈਸੇ ਬੰਦੇ ਨੂੰ ਆਪਣਾ ਵਤਨ ਤੇ ਯਾਦ ਆਉਂਦਾ ਨਾ ਕਿ ਚਲੋ ਜੀ ਗੁਜਰਾਂਵਾਲਾ ਚੱਲੀਏ ਵਾਪਸ। ਅੱਛਾ ਅੱਛਾ, ਹਾਂ ਕਿਉਂ ਨਹੀਂ ਯਾਦ ਆਉਂਦਾ? ਉਹ ਤੇ ਫਿਰ ਮਤਲਬ ਕਹਿੰਦਾ ਕਿਉਂਕਿ ਬਚਪਨ ਹੀ ਇੱਥੇ ਗੁਜ਼ਾਰਿਆ ਤੇ ਯਾਦ ਤੇ ਤਾਂ ਹੈ ਨਾ। ਮੈਂ ਇੱਕ ਸਾਲ ਵਾਸਤੇ ਪੜ੍ਹਨ ਵਾਸਤੇ ਗਿਆ ਸੀ ਜੀ ਉਦੋਂ। ਅੱਛਾ, ਇੱਕ ਸਾਲ ਪੜ੍ਹਾਈ ਕਰਕੇ ਤੇ ਫਿਰ ਮਤਲਬ ਕਹਿੰਦਾ ਕਿ ਫਿਰ ਮੈਂ ਵਾਪਸ ਆ ਗਿਆ। ਤੇ ਵੈਸੇ ਤਾਂ ਮੈਂ ਮਤਲਬ ਕਿ 9th ਤੱਕ ਤਲੀਮੇ ਮੇਰੀ ਮੈਂ ਸਿਰਫ ਪੜ੍ਹਿਆ ਵੀ ਸਾਰਾ ਇੱਥੇ ਹੀ ਆਵਾਂ ਕਰਾਚੀ। ਤੇ ਬਸ ਤੁਹਾਨੂੰ ਫਿਰ ਕਰਾਚੀ ਪਸੰਦ ਆ ਗਿਆ? ਹਾਂ ਜੀ, ਫਿਰ ਮੈਂ 7-8 ਸਾਲ ਲਈ ਫਿਰ ਬਾਹਰ ਚਲਾ ਗਿਆ ਸਾ ਜੀ, ਸਾਊਦੀ ਅਰਬ। ਅੱਛਾ, ਉੱਥੇ ਫਿਰ ਮਤਲਬ ਕਹਿੰਦਾ ਕਿ ਜ਼ਿਆਦਾਤਰ ਮੈਂ ਬਸ ਟਰੱਕ ਦੇ ਡਰਾਈਵਰ ਹਾਂ, ਮਤਲਬ ਕਿ ਹੈਵੀ ਡਿਊਟੀ। ਉੱਥੇ ਫਿਰ ਮਤਲਬ ਕਹਿੰਦਾ ਕਿ ਜ਼ਿਆਦਾਤਰ ਫੌਜ ਵਗੈਰਾ ਅਤੇ ਮਤਲਬ ਕਿ 22 ਵੀਲਰ ਚਲਾਉਂਦਾ ਰਿਹਾ। ਤੇ ਇੱਥੇ ਕਿੱਥੇ ਰਿਹਾਇਸ਼ ਕਰਾਚੀ ਤੁਹਾਡੀ? ਰਿਹਾਇਸ਼ ਮੇਰੀ ਜਿਹੜੇ ਉਹ ਨਾਜ਼ਮਾਬਾਦ ਦੇ ਵਿੱਚ 82 ਦੇ ਵਿੱਚ ਮੈਂ ਸਾਊਦੀਆ ਗਿਆ ਸਾਂ, ਅਤੇ ਮੇਰਾ 87 ਸੀ ਜਾਂ 80 ਜਾ ਰਿਹਾ ਸੀ। ਅਤੇ ਨਾਜ਼ਮਾਬਾਦ ਅਤੇ ਨੌਰਥ ਨਾਜ਼ਮਾਬਾਦ 'ਚ ਕੀ ਫਰਕ ਹੈ? ਇਹ ਉਸ ਤਰ੍ਹਾਂ ਤਾਂ ਨਵਾਂ ਨਾਜ਼ਮਾਬਾਦ ਵੀ ਬਣ ਗਿਆ ਹੈ। ਅੱਛਾ, ਅਤੇ ਨਾਰਥ ਨਾਜ਼ਮਾਬਾਦ ਹੋਰ ਜਗ੍ਹਾ ਅਤੇ ਮੈਂ ਨਾਜ਼ਮਾਬਾਦ 'ਚ ਬਣ। ਉਹਦੇ ਨਾਲ ਨਾਲ ਨਹੀਂ ਕਿ ਬਿਲਕੁਲ ਅਲੱਗ ਅਲੱਗ? ਕੋਈ ਡਿਫਰੈਂਟ ਹੀ ਹੈ ਥੋੜ੍ਹਾ, ਮਤਲਬ ਕਹਿੰਦਾ ਕਿ 6-7 ਕਿਲੋਮੀਟਰ ਦਾ 8 ਕਿਲੋਮੀਟਰ ਦਾ ਫਾਸਲਾ ਜੁੜਿਆ ਨਾਜ਼ਮਾਬਾਦ ਹੈ। ਹਾਂ, ਅਤੇ ਤੁਸੀਂ ਅੱਜ ਸਿੱਧੇ ਇੱਥੇ ਅਗਾਂਹ ਜਾਓਗੇ ਤਾਂ ਅੱਗੇ ਨਾਰਥ ਨਾਜ਼ਮਾਬਾਦ ਹੈ। ਅਤੇ ਹੈਦਰੀ ਇਹਨਾਂ ਤੋਂ ਪਿੱਛੇ? ਜੀ ਹਾਂ, ਹੈਦਰੀ ਉਹ ਹੈਦਰੀ ਨੂੰ ਹੀ ਨਾਰਥ ਕਹਿੰਦੇ ਨੇ। ਹਾਂ, ਹੈਦਰੀ ਨੂੰ ਕਹਿੰਦੇ ਨਾਰਥ ਨਾਜ਼ਮਾਬਾਦ? ਜੀ, ਨਾਰਥ ਨਾਜ਼ਮਾਬਾਦ ਉਹ ਸਾਰਾ ਹੈਦਰੀ ਦੇ ਵਿੱਚ ਆਉਂਦਾ। ਉਹ ਜੇ ਮਤਲਬ ਕਹਿੰਦੇ ਕਿ ਹੈਦਰੀ ਜਿਹੜੀ ਹੈ ਉਹ ਸ਼ੋਪਿੰਗ ਸੈਂਟਰ ਹੈ। ਅੱਛਾ, ਤੇ ਹੈਦਰੀ ਇੱਥੋਂ ਕਿੰਨੇ ਕੁ ਕਿਲੋਮੀਟਰ ਹੋਣੀ? ਹੈਦਰੀ ਇੱਥੋਂ ਮਤਲਬ ਕਹਿੰਦੇ ਵਾ ਕਿ ਹੈ ਕੋਈ 15 ਕਿਲੋਮੀਟਰ। 15 ਕਿਲੋਮੀਟਰ?